इन्हों का किसी ने रिकॉर्ड नहीं तोड़िया। 365 दिन के साल के 760 अखाड़े अज तक किसी ने नहीं लाए। गुरु सिंह वड्डे लैवल से जाजू जी के मुंडे कुड़ी का विआह सीगा, वह पहला आ गए इन्हों को तरीक बुक कराते भी तुम दसो कि तरीक वेले हो असं उदन का विह मुंडे का या कुड़ी का रखना वा। अच्छा जी, इस लैवल तक इन्हों स्टेजा ला दी। समाप्त भाजी जिम्मे हम सिद्धू मूसे वाले हो सेम यही है स्टेज लाइव स्टेज चलती लाइव स्टेज से गोलियां मारे सत श्री अकाल जी सारिआं नूं। तुसीं देख रहे हो ट्रैवल सिंह कौर अते असीं अज पहुंचे हाँ लुधियाणा दे पिंड दुगरी विच, अते जिथे यह पिंड है अमर सिंह चमकीला उन्हां दी उस जगह दे तुहानूं दिखावांगे जिथे उन्हां दा दाह संस्कार होया सी अमर सिंह चमकीला ਅਤੇ ਉਹਨਾਂ ਦੇ ਨਾਲ ਜੋ ਸਾਥੀ ਸੀ ਅਮਰਜੋਤ ਕੌਰ ਉਹਨਾਂ ਦਾ ਦਾਹ ਸੰਸਕਾਰ ਜਿੱਥੇ ਹੋਇਆ ਸੀ ਉਸ ਜਗ੍ਹਾ 'ਤੇ ਤੁਹਾਨੂੰ ਦਿਖਾਵਾਂਗੇ ਅਤੇ ਤੁਹਾਨੂੰ ਮਿਲਾਵਾਂਗੇ ਉਹਨਾਂ ਦੇ ਗਵਾਂਢੀ ਅਤੇ ਮਿੱਤਰ ਨਾਲ ਜੋ ਕਿ ਬਹੁਤ ਹੀ ਉਹਨਾਂ ਦਾ ਪਿਆਰ ਸੀ ਅਤੇ ਉਹਨਾਂ ਦੀ ਕੁਝ ਜ਼ਿੰਦਗੀ ਅਤੇ ਜੀਵਨ ਬਾਰੇ ਗੱਲਬਾਤ ਕਰਾਂਗੇ। ਆਓ ਜਾਣਦੇ ਹਾਂ ਉਹਨਾਂ ਬਾਰੇ। ਅਤੇ ਇੱਕ ਸਾਧੂ ਵੀ ਉਹਨਾਂ ਦੇ ਪਿੰਡ ਵਿੱਚ ਰਹਿੰਦਾ ਸੀ ਅਤੇ ਉਹਨਾਂ ਨੇ ਵੀ ਇਹ ਗੱਲ ਉਹਨਾਂ ਦੀ ਮਾਤਾ ਜੀ ਨੂੰ ਕਿਹਾ ਸੀ ਕਿ ਤੁਹਾਡੇ ਪੁੱਤਰ ਦਾ ਨਾਮ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ। ਵਾਕਈ ਸਹੀ ਗੱਲ ਆ ਕਿ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ, ਹੁਣ ਅੱਜ 35 ਸਾਲ ਹੋ ਚੁੱਕੇ ਹਨ ਤਾਂ ਅੱਜ ਵੀ ਉਹਨਾਂ ਦਾ ਨਾਮ ਲਿਆ ਜਾ ਰਿਹਾ। ਅਮਰ ਸਿੰਘ ਚਮਕੀਲਾ ਜਿਨ੍ਹਾਂ ਦਾ ਪਿੰਡ ਆ ਅਤੇ ਉਸ ਜਗ੍ਹਾ 'ਤੇ ਆਏ ਹਾਂ ਜਿਹਦੇ ਉੱਤੇ ਅੱਜ ਕੱਲ੍ਹ ਜੋ ਸ਼ੂਟਿੰਗ ਚੱਲ ਰਹੀ ਹੈ ਦਲਜੀਤ ਦੋਸਾਂਝ ਜੀ ਇਸਦੇ ਉੱਤੇ ਫਿਲਮ ਬਣਾ ਰਹੇ ਨੇ। ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਜੀ ਉਹਨਾਂ ਦੇ ਉੱਤੇ ਇੱਕ ਫਿਲਮ ਬਣ ਰਹੀ ਆ, ਡਾਕੂਮੈਂਟਰੀ ਫਿਲਮ ਹੈ ਇਹ। ਅਤੇ ਉਹਨਾਂ ਦੇ ਸੰਬੰਧ ਵਿੱਚ ਅਸੀਂ ਉਹਨਾਂ ਦੇ ਪਿੰਡ ਆਏ ਸੀ, ਉਹਨਾਂ ਦੀ ਸਮਾਧ 'ਤੇ ਆਏ ਸੀ ਅਤੇ ਤੁਹਾਨੂੰ ਵੀ ਦਿਖਾਈਏ ਨਾਲ। ਅਤੇ ਇੱਥੇ ਜਿਹੜੇ ਪਿੰਡ ਵਾਸੀ ਉਹ ਦੱਸਦੇ ਆ ਵੀ ਜੇ ਮੰਨ ਲਓ ਜਿਸ ਟਾਈਮ 'ਚ ਗਾਉਂਦੇ ਹੁੰਦੇ ਸੀਗੇ ਇਹਨਾਂ ਦਾ ਕਿਸੇ ਨੇ ਰਿਕਾਰਡ ਨਹੀਂ ਤੋੜਿਆ। 365 ਦਿਨ ਦੇ ਵਿੱਚ ਸਾਲ ਦੇ ਵਿੱਚ 760 ਅਖਾੜੇ ਅੱਜ ਤੱਕ ਕਿਸੇ ਨੇ ਨਹੀਂ ਲਾਏ ਗੁਰੂ ਸਿੰਘਰ ਨੇ। ਅੱਛਾ ਜੀ। ਅਤੇ ਦੂਜੀ ਗੱਲ ਇਹ ਕਹਿੰਦਾ ਵੀ ਜੇ ਕਿਸੇ ਦਾ ਕੋਈ ਫੰਕਸ਼ਨ ਹੁੰਦਾ ਸੀਗਾ, ਮੰਨ ਲਓ ਕੋਈ ਡਿਪਟੀ ਦਾ ਜਾਂ ਐਸਪੀ ਦਾ ਜਾਂ ਕਿਸੇ ਵੱਡੇ ਲੈਵਲ 'ਤੇ ਜਾਜੂ ਦੇ ਮੁੰਡੇ ਕੁੜੀ ਦਾ ਵਿਆਹ ਸੀਗਾ, ਉਹ ਪਹਿਲਾਂ ਆ ਕੇ ਇਹਨਾਂ ਕੋਲ ਤਰੀਕ ਬੁੱਕ ਕਰਾਉਂਦੇ ਵੀ ਤੁਸੀਂ ਦੱਸੋ ਕਿੰਨੀ ਤਰੀਕ ਨੂੰ ਵਿਹਲੇ ਹੋ, ਅਸੀਂ ਉੱਦਨ ਦਾ ਵਿਆਹ ਮੁੰਡੇ ਦਾ ਜਾਂ ਕੁੜੀ ਦਾ ਰੱਖਣਾ ਵਾ। ਅੱਛਾ ਜੀ। ਇਸ ਲੈਵਲ ਤੱਕ ਇਹਨਾਂ ਦੀਆਂ ਸਟੇਜਾਂ ਲੱਗਦੀਆਂ ਰਹੀਆਂ ਨੇ। ਮਤਲਬ ਇਹਨਾਂ ਨੇ ਕਹਿਣ ਦਾ ਭਾਵ ਹੈ ਵੀ ਇੱਕ ਦਿਨ 'ਚ 3-3 ਅਖਾੜੇ ਆਪਾਂ ਕਹਿ ਸਕਦੇ ਹਾਂ। 2-2-3-3 ਅਖਾੜੇ ਲੱਗਦੇ। 365 ਦਿਨ ਹੁੰਦੇ ਆ, 365 ਗੁਣਾ ਤਾਂ ਤੁਸੀਂ 660 ਹੋ ਜਾਂਦੇ ਆ, 760 ਅਖਾੜੇ ਲਾਏ ਆ, 2 ਤੋਂ ਵੀ ਵੱਧ ਲਾਏ ਆ, ਕਈ ਡਬਲ ਟ੍ਰਿਪਲ ਲਾਉਂਦੇ ਰਹੇ ਨੇ। ਤਾਂ ਹੀ ਫਿਰ ਇਹ ਵੈਸੇ ਕਿਵੇਂ ਮਤਲਬ ਜੀਵਨ ਇਹਨਾਂ ਦਾ ਕਿਵੇਂ ਹੋਇਆ ਸੀਗਾ, ਮਤਲਬ ਸਮਾਪਤ ਕਿਵੇਂ ਹੋਇਆ? ਸਮਾਪਤ ਭਾਅ ਜੀ ਜਿਵੇਂ ਹੁਣ ਸਿੱਧੂ ਮੂਸੇ ਵਾਲੇ ਨਾਲ ਹੋਇਆ ਜੀ, ਸੇਮ ਇਹੀ ਸਟੇਜ ਲਾਈਵ ਸਟੇਜ ਚੱਲਦੀ ਲਾਈਵ ਸਟੇਜ 'ਤੇ ਗੋਲੀਆਂ ਮਾਰ ਦਿੱਤੀਆਂ। ਅੱਛਾ, ਮੈਂ ਵੀ ਇਹੀ ਸੁਣਿਆ, ਡੈਡੀ ਕਹਿੰਦੇ ਹੁੰਦੇ ਆ ਵੀ ਚਮਕੀਲੇ ਦੇ ਵੀ ਗੋਲੀਆਂ ਵੱਜੀਆਂ ਨੇ, ਉਹਨਾਂ ਨੂੰ ਵੀ ਸਟੇਜ 'ਤੇ ਗੋਲੀਆਂ ਮਾਰੀਆਂ। ਮਤਲਬ ਇਹ ਹੈ ਕਿ ਜੇ ਕੋਈ ਚੜ੍ਹਾਈ ਕਰਦਾ ਉਹਨੂੰ ਜਰਿਆ ਨਹੀਂ ਆਉਂਦਾ ਦੇਖ ਕੇ, ਅਤੇ ਜਿਹੜਾ ਬੰਦਾ ਉੱਦਾਂ ਹੀ ਗਰੀਬ ਹੈ ਤਾਂ ਉਹਨੂੰ ਲਾਂਤਾ ਮਾਰ ਜਾਂਦੀਆਂ ਨੇ। ਠੀਕ ਹੈ ਨਾ, ਇਹ ਵੀ ਮਤਲਬ ਸਿੱਧੂ ਮੂਸੇ ਵਾਲੇ ਨਾਲ ਰਿਲੇਟਡ ਇਹਨੂੰ ਆਪਾਂ ਰਿਲੇਟ ਕਰ ਸਕਦੇ ਹਾਂ ਇਹਨਾਂ ਦੀ ਕਹਾਣੀ ਨੂੰ, ਹੈ ਨਾ। ਜਿਹੜੀ ਵੀ ਉਹਨਾਂ ਨੇ ਜੋ ਆਪਣੇ ਗਾਣੇ ਬਿਆਨ ਕੀਤੇ ਆ ਅੱਜ ਤੱਕ ਉਹ ਲਾਈਵ ਚੱਲ ਰਹੇ, ਦੇਖ ਲਓ ਜੋ ਕਲਯੁਗ ਉਹਨਾਂ ਨੇ ਇਸ ਟਾਈਮ 20 ਸਾਲ ਪਹਿਲਾਂ ਕਹਿ ਤਾ ਵੀ ਇਹ ਆਊਗਾ ਯੁੱਗ, ਅਤੇ ਉਹੀ ਕੁਛ ਹੁਣ ਹੋ ਰਿਹਾ ਵਾ। ਫਾਸਟ ਵੀ ਅਤੇ ਰੇਡੀਓ ਚੱਲਦਾ ਵਾ ਉਹਨਾਂ 'ਤੇ, ਇਹਨਾਂ ਦਾ ਚੈਨਲ ਬਣਿਆ ਹੋਇਆ ਅਮਰ ਸਿੰਘ ਚਮਕੀਲਾ, ਉੱਥੇ 24 ਘੰਟੇ ਇਹਨਾਂ ਦੇ ਗਾਣੇ ਚੱਲਦੇ। ਬਿਲਕੁਲ ਬਿਲਕੁਲ, ਮੇਰੇ ਡੈਡੀ ਕੋਲ ਵੀ ਹੈਗੀਆਂ ਕੈਸਟਾਂ ਦੂਜੀਆਂ ਰੀਲ ਵਾਲੀਆਂ, ਹਜੇ ਵੀ ਸਾਂਭੀਆਂ ਹੋਈਆਂ, ਅਸੀਂ ਸੁਣਦੇ ਹਾਂ। ਇੱਕ ਗੱਲ ਮੈਂ ਹੋਰ ਸੁਣੀ ਆ, ਮੇਰੇ ਡੈਡੀ ਕਹਿੰਦੇ ਆ ਕਹਿੰਦੇ ਜੇ ਇਸ ਪਿੰਡ ਤੋਂ ਕੋਈ ਗਾਣਾ ਕੱਢਦਾ ਤਾਂ ਪਹਿਲਾਂ ਇੱਥੇ ਮੱਥਾ ਟੇਕ ਕੇ ਜਾਂਦਾ, ਉਹ ਸਹੀ ਗੱਲ? ਭਾਜੀ ਬਹੁਤ ਦੂਰੋਂ ਲੋਕ ਆਉਂਦੇ ਆ, ਉੱਥੇ ਕੋਈ ਬੋਂਬੇ ਤੋਂ ਆ ਰਹੇ ਇੱਥੇ ਮੱਥਾ ਟੇਕ ਲਈ, ਮੈਂ ਜਿੱਥੇ ਬੈਠੋ ਜਾਣ ਤੱਕ ਮੈਂ ਤਾਂ ਸਾਹਮਣੇ ਉਹਨਾਂ ਦੇਖਦਾ ਉਹਨਾਂ ਨੂੰ। ਅੱਛਾ ਜੀ। ਕੋਈ ਕਿਤੋਂ ਆਉਂਦਾ, ਕੋਈ ਸਿੰਗਰ ਨਵਾਂ ਉੱਠਦਾ ਵਾ ਪਹਿਲਾਂ ਉਹਦੇ ਮੱਥਾ ਟੇਕ ਕੇ ਜਾਂਦਾ ਆ ਕੇ। ਅੱਛਾ, ਠੀਕ ਹੈ ਠੀਕ ਹੈ। ਫਿਰ ਉਰੇ ਸਾਲ ਬਾਅਦ ਕੋਈ ਇੱਥੇ ਮਤਲਬ 8 ਮਾਰਚ ਨੂੰ ਇਹਨਾਂ ਦੀ ਬਰਸੀ ਹੁੰਦੀ ਹੈ ਜੀ, 8 ਮਾਰਚ ਨੂੰ ਮੇਲਾ ਲੱਗਦਾ ਬਹੁਤ ਭਾਰੀ ਉਰੇ, ਤਕਰੀਬਨ ਕਾਫੀ ਸਿੰਗਰ ਆਉਂਦੇ ਉਰੇ ਇੱਥੇ ਮੜੀਆਂ 'ਚ। ਆ ਨਾਲ ਹੀ ਪਲਾਟ 'ਚ ਪਰੇ ਲਾਉਂਦੇ ਆ ਦੋ, ਇੱਥੇ ਮੜੀਆਂ ਜੀ ਲਾਉਂਦੀ ਆ ਸਟੇਜ ਇੱਥੇ। ਅੱਛਾ, ਪਰੇ ਪਲਾਟ 'ਚ ਲਾਉਂਦਾ 10 ਕਿੱਲਿਆਂ ਦੇ ਵਿੱਚ ਟੈਂਟ ਲਾਉਂਦਾ। ਹਾਂਜੀ, ਅਤੇ ਉਦੋਂ ਵੀ ਸਿੰਗਰ ਵਗੈਰਾ ਬੁਲਾਉਂਦੇ ਹੋਣਗੇ ਨਾ, ਜਾਂ ਫਿਰ ਉੱਦਾਂ ਹੀ ਲੰਗਰ ਲਾ ਕੇ ਚਲਾਉਂਦੇ? ਨਹੀਂ ਲੰਗਰ ਵੀ ਚੱਲਦਾ ਜੀ, ਸਿੰਗਰ ਵੀ ਆਉਂਦੇ ਆ, ਸਿੰਗਰ ਪ੍ਰੋਪਰ ਸਟੇਜ ਲਾਉਂਦੀ ਆ, ਟਾਈਮ ਮਿਲਦਾ ਸਿੰਗਰਾਂ ਨੂੰ 5-5, 10-10 ਮਿੰਟ ਦਾ, ਕਾਫੀ ਸਿੰਗਰ ਹੁੰਦਾ, 250-250 ਸਿੰਗਰ ਉੱਥੇ ਇਕੱਠਾ ਹੁੰਦਾ। ਅੱਛਾ ਜੀ, ਠੀਕ ਹੈ ਠੀਕ ਹੈ ਠੀਕ ਹੈ, ਬਹੁਤ ਵਧੀਆ। ਬਾਬਾ ਜੀ ਮਿਲੇ ਨੇ, ਇਹ ਵੀ ਕੁਝ ਦੱਸਣਗੇ। ਬਾਬਾ ਜੀ ਦੱਸੋ ਕੁਝ ਇਹਨਾਂ ਬਾਰੇ ਗੱਲ। ਮੇਰਾ ਗੁਆਂਢੀ ਸੀਗਾ ਜੀ, ਇਹ ਆ ਮਕਾਨ ਇਹਦੇ ਨਾਲ ਦਾ ਮੇਰਾ ਸੀ। ਅੱਛਾ, ਠੀਕ ਹੈ ਜੀ। ਮੇਰੇ 5-7 ਛੋਟਾ ਸੀ। 5-7 ਛੋਟਾ, ਠੀਕ ਹੈ। ਕਿੰਨੇ ਸਾਲ ਹੋ ਗਏ ਇਹਨਾਂ ਨੂੰ? ਇਹਨੇ 35 ਸਾਲ ਹੋ ਗਏ ਜੀ ਹੁਣ। ਹਾਂ, 35ਵੀਂ ਬਰਸੀ ਆਉਣੀ ਆ। ਠੀਕ ਹੈ, ਮਤਲਬ ਫਿਰ ਮੇਰੇ ਖਿਆਲ 'ਚ 8 ਮਾਰਚ 1988। ਠੀਕ ਹੈ ਜੀ। ਜਿਵੇਂ ਕਈ ਲੋਕ ਕਹਿੰਦੇ ਰਹੇ ਨੇ ਵੀ ਇਹ ਵਿੱਚ ਲੱਚਰ ਗਾਣੇ ਵੀ ਗਾਉਂਦੇ ਸੀਗੇ, ਇਹ ਲੱਚਰ ਗਾਣੇ ਨਹੀਂ, ਕਈ ਇਹਨਾਂ ਨੇ ਇਹ ਵਧੀਆ ਵੀ ਗਾਣੇ ਗਾਏ ਨੇ, ਅਤੇ ਜ਼ਰੂਰੀ ਨਹੀਂ ਹੈਗਾ
ਇਹ ਜਿਹੜਾ ਗਾਣਾ ਗਾਇਆ ਸੀਗਾ ਅਤੇ ਇਹ ਇਕੱਲੇ ਇਕੱਲੇ ਬੋਲ ਲਿਖੇ ਹੋਏ ਨੇ ਗਾਣਿਆਂ ਦੇ ਅਤੇ ਕੋਈ ਧਾਰਮਿਕ ਗਾਣੇ ਵੀ ਕਾਫੀ ਗਾਏ ਨੇ ਇਹਨਾਂ ਨੇ ਅਤੇ ਜ਼ਰੂਰੀ ਨਹੀਂ ਹੈਗਾ ਕਿ ਲੱਚਰ ਕਰਕੇ ਇਹ ਕਰਿਆ ਸੀ।